ਬੀਤੇ ਕੁਝ ਦਿਨ ਪਹਿਲਾਂ ਇੱਕ ਔਰਤ ਨੇ ਆਪਣੇ ਪਤੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇੱਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਦੋ ਔਰਤਾਂ ਆਪਸ ਵਿੱਚ ਝਗੜ ਰਹੀਆਂ ਸਨ। ਇਹ ਵੀਡੀਓ ਕਰਵਾ ਚੌਥ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ ਤੇ ਵੀਡੀਓ ਜਾਰੀ ਕਰਨ ਵਾਲੀ ਔਰਤ ਨੇ ਆਪਣੇ ਪਤੀ ਤੇ ਗੰਭੀਰ ਇਲਜ਼ਾਮ ਲਗਾਏ ਸਨ। ਔਰਤ ਦਾ ਕਹਿਣਾ ਸੀ ਕਿ ਉਸਨੇ ਆਪਣੇ ਪਤੀ ਨੂੰ ਇੱਕ ਔਰਤ ਨਾਲ ਹੋਟਲ ਦੇ ਕਮਰੇ 'ਚੋਂ ਫੜ ਲਿਆ ਸੀ, ਜਿਸ ਤੋਂ ਬਾਅਦ ਉਸਨੇ ਆਪਣੇ ਭਰਾਵਾਂ ਨੂੰ ਬੁਲਾ ਕੇ ਔਰਤ ਨਾਲ ਕੁੱਟਮਾਰ ਕੀਤੀ ਸੀ ਤੇ ਹੁਣ ਇਸ ਲੜਾਈ ਦਾ ਮਾਮਲਾ ਲਗਾਤਾਰ ਧੂਰ ਫੜਦਾ ਜਾ ਰਿਹਾ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁੱਟਮਾਰ ਦਾ ਸ਼ਿਕਾਰ ਲੜਕੀ ਦੀ ਮਾਸੀ ਵੱਲੋਂ ਪ੍ਰਦਰਸ਼ਨ ਕਰਨ ਦੀ ਧਮਕੀ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਔਰਤ ਮਨਮੀਤ ਕੌਰ ਦੇ ਪਤੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਤਨੀ ਤੇ ਗੰਭੀਰ ਇਲਜ਼ਾਮ ਲਗਾਏ ਸਨ। ਕੁੱਟਮਾਰ ਦਾ ਸ਼ਿਕਾਰ ਲੜਕੀ ਦੀ ਮਾਸੀ ਵੱਲੋਂ ਹੁਣ ਇੱਕ ਹੋਰ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਜੋ ਮਨਮੀਤ ਕੌਰ ਨੇ ਦਿਖਾਇਆ ਉਹ ਅਧੂਰਾ ਸੱਚ ਸੀ। ਉਸ ਦੀ ਬੇਟੀ ਨੂੰ ਮਨਮੀਤ ਕੌਰ ਬੇਵਜ੍ਹਾ ਬਦਨਾਮ ਕਰ ਰਹੀ ਹੈ। ਸਰਬਜੀਤ ਕੌਰ ਜੀ, ਜਿਹੜੀ ਲੜਕੀ ਦੇ 17 ਤਰੀਕ ਨੂੰ ਕੁੱਟਮਾਰ ਦਾ ਮਸਲਾ ਆਇਆ, ਮਾਮਲਾ ਤੁਸੀਂ ਦਰਜ ਕਰਾਇਆ, ਉਹ ਤੁਹਾਡੀ ਕੀ ਲੱਗਦੀ ਹੈ? ਉਹ ਜੀ ਇੱਕ ਆਂਗਨਵਾੜੀ ਵਰਕਰ ਹੈ, ਸਾਡੀ ਮਾਸੀ ਦੀ ਕੁੜੀ ਆ ਤੇ ਉਹਦੀ ਬੇਟੀ ਆ ਉਹ, ਤੇ ਸਾਡੇ ਕੋਲ ਇੱਥੇ ਰਹਿੰਦੀ ਆ, ਉਹਦਾ ਪਰਵਿਸ਼ਕਾਰ ਨਹੀਂ ਕੀਤਾ ਜੀ। ਤੇ ਜਿਹੜਾ ਇਹ ਮਾਮਲਾ ਦਰਜ ਹੋਇਆ, ਤੁਸੀਂ ਉਸ ਤੋਂ ਬਾਅਦ ਇੱਕ ਧਰਨਾ ਦਿੱਤਾ ਸੀ, ਉਸ ਦੇ ਵਿੱਚ ਕੀ ਮਤਲਬ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਸੀ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ, ਉਸ ਮਾਮਲੇ 'ਚ ਕੀ ਕਹਿਣਾ ਚਾਹੋਗੇ? ਨਹੀਂ ਜੀ, ਪੁਲਿਸ ਨੇ ਜਦੋਂ ਇਹ 17 ਤਰੀਕ ਦੀ ਗੱਲ ਆ, ਜਦੋਂ ਇਹ ਬੇਟੀ ਮੀਟਿੰਗ 'ਤੇ ਗਈ ਹੈ ਅਤੇ ਕਹਿ ਕੇ ਗਈ ਆ ਵੀ ਮੇਰੀ ਆਪਣੇ ਸਪੋਂਸਰ ਨਾਲ ਅਤੇ ਹੋਰ ਕਲਾਇੰਟਾਂ ਨਾਲ ਕੁਛ ਮੀਟਿੰਗ ਆ ਉੱਤਮ ਹੋਟਲ ਦੇ ਉੱਤਮ ਰੈਸਟੋਰੈਂਟ ਦੇ ਵਿੱਚ, ਅਤੇ ਇਹ ਉੱਥੇ ਗਈ ਆ, ਇਹਨਾਂ ਦਾ ਕਲਾਇੰਟ ਵਾਪਸ ਨੇ ਜੂੰ ਹੀ ਗਈ ਆ, ਜੂੰ ਹੀ ਬੈਠ ਕੇ ਛੱਤ 'ਤੇ ਵਾਪਸ ਆ ਗਈ ਉਸੇ ਤਰ੍ਹਾਂ, ਠੀਕ ਹੈ। ਜਦੋਂ ਇਹ ਵਾਪਸ ਆਈ ਆਪਣੀ ਗੱਡੀ ਦੇ ਵਿੱਚ ਬੈਠੀ ਆ, ਜਦੋਂ ਚਲਾਉਣ ਲੱਗੀ, ਜਦੇ ਇਸ ਲੇਡੀ ਜਿਹੜਾ ਇਹਦੇ ਮਨਮੀਤ ਕੌਰ ਦੇ ਘਰ ਵਾਲਾ ਮਨਦੀਪ ਸਿੰਘ ਇਹ ਜਨਾਨੀ ਦਾ ਇਹਦੇ ਨਾਲ ਖੁਦ ਇਹਦੇ ਨਾਲ ਬਣਦੀ ਨਹੀਂ ਹੈਗੀ, ਉਹ ਬੰਦਾ ਇਹਨੂੰ ਖੁਦ ਕਹਿੰਦਾ ਵੀ ਇਹ ਜਨਾਨੀ ਗਲਤ ਆ, ਠੀਕ ਹੈ, ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਹੈਗੀ। ਇਹ ਜਨਾਨੀ ਨੂੰ ਦੱਸ ਕੇ ਗਿਆ ਉਹ ਵੀ ਮੇਰੀ ਮੀਟਿੰਗ ਆ, ਇਸ ਜਨਾਨੀ ਨੇ ਜਦੇ ਸਾਜਿਸ਼ ਘੜ ਲਈ, ਇਹ ਗੁੰਡੇ ਲੈ ਕੇ ਆਪਣਾ ਬਾਪ ਅਸ਼ੋਕ ਕੁਮਾਰ ਅਤੇ ਬਿਪਨ ਕੁਮਾਰ ਇਹਦਾ ਭਰਾ ਅਤੇ ਆਪ ਇਹ ਹਥਿਆਰਾਂ ਸਮੇਤ ਇਹਨਾਂ ਨੇ ਕੁੜੀ ਗੱਡੀ 'ਚੋਂ ਨੀਚੇ ਉਤਾਰ ਲਈ, ਕੁੱਟਮਾਰ ਕੀਤੀ ਆ, ਕੁੜੀ ਦਾ ਇੱਕ ਦੰਦ ਫ੍ਰੈਕਚਰ ਹੋ ਗਿਆ, ਪਿੱਛੇ ਰੋੜਾ ਅੱਖਾਂ 'ਚ ਪੰਚ ਮਾਰਿਆ, ਮੌਕੇ 'ਤੇ ਸਾਨੂੰ ਸਾਡਾ ਨਾਲ ਹੀ ਘਰ ਆ, ਮੈਨੂੰ ਨਾਲ ਹੀ ਫੋਨ ਆਇਆ ਵੀ ਲੋਕ ਵੀ ਕੋਈ ਕੁੜੀ ਦਾ ਮਤਲਬ ਕਿ ਵੀ ਇੱਥੇ ਮਰਡਰ ਕਰਨ ਲੱਗੇ ਹੋਏ ਹਾਂ। ਉਸੇ ਵਕਤ ਮੈਂ ਉੱਥੇ ਪਹੁੰਚੀ, ਅਸੀਂ SSP ਸਾਹਿਬ ਨੂੰ ਵੀ ਫੋਨ ਕੀਤਾ, SSP ਸਾਹਿਬ ਕੋਲ ਵੀ ਅਸੀਂ ਗਏ ਹਾਂ, ਕੋਠੀ ਵੀ ਗਏ ਹਾਂ ਉਹਨਾਂ ਦੀ ਵੀ ਇੱਕ ਕੁੜੀ ਦਾ ਮਰਡਰ ਕਰ ਦੇਣਾ ਸੀਗਾ, ਵੀ ਸਾਨੇ ਮਸਾਂ ਬਚਾਈ ਆ, ਕੁੜੀ ਸੀਰੀਅਸ ਆ। ਉਸ ਤੋਂ ਬਾਅਦ ਸਰ ਮੈਂ ਅਤੇ ਹੋਰ ਮੈਂਬਰ ਸੀਗੇ ਮੇਰੇ ਨਾਲ, ਸਦਰ ਥਾਣੇ ਦੀ ਪੁਲਿਸ ਬੁਲਾਈ, ਸਦਰ ਥਾਣੇ ਵਾਲੇ ਕਹਿੰਦੇ ਕੁਤਵਾਲੀ ਦਾ ਏਰੀਆ ਜੀ, ਕੁਤਵਾਲੀ ਲੈ ਗਏ। ਕੁਤਵਾਲੀ ਤੋਂ ਬਾਅਦ ਫਿਰ ਜਦੋਂ ਕੁੜੀ ਦੇ ਮੂੰਹ 'ਚੋਂ ਬਲੀਡਿੰਗ ਆ ਰਹੀ ਸੀ, ਬਲੀਡਿੰਗ ਦੀਆਂ ਘੁੱਟਾਂ ਘੁੱਟਾਂ ਆ ਰਹੀਆਂ ਸੀਗੀ ਉਹਨੂੰ, ਜਦੋਂ ਸੀਰੀਅਸ ਸੀਗੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੋ ਵੀ ਕਾਰਵਾਈ ਆ ਉਹ ਬਾਅਦ 'ਚ ਕਰਿਓ, ਹੁਣ ਇਹ ਕੋਈ ਬਿਆਨ ਦੇਣ ਦੇ ਕਾਬਿਲ ਨਹੀਂ ਹੈਗੀ, ਸਟੇਬਲ ਨਹੀਂ ਹੈਗੀ, ਤੁਸੀਂ ਇਹਨੂੰ ਦਾਖਲ ਕਰਵਾਓ। ਉਹਨੂੰ ਦਾਖਲ ਕਰਵਾਇਆ ਹੋਸਪਿਟਲ ਦੇ ਵਿੱਚ, 6-7 ਦਿਨ ਉਹ ਕੁੜੀ ਜੇਰੇ ਇਲਾਜ ਲਈ ਰਹੀ ਆ। ਉਸਦਾ ਜਿਹੜਾ ਇਹ ਫਰੰਟ ਵਾਲਾ ਦੰਦ ਅੱਧਾ ਕੱਟਦਾ ਅਤੇ ਲਿਪਸ ਵੀ ਜਿਹੜੇ ਆ ਫਟ ਗਏ। ਉਸ ਤੋਂ ਬਾਅਦ ਇਹਨਾਂ ਨੇ PGI ਲਈ ਰੈਫਰ ਕੀਤਾ, ਇਹਨਾਂ ਵੀ ਟ੍ਰੀਟਮੈਂਟ ਲਈ PGI 'ਚ, ਉਹਦਾ ਟ੍ਰੀਟਮੈਂਟ ਚੱਲ ਰਿਹਾ ਡੈਂਟਲ ਦੀ। ਪਰ ਉਹਨਾਂ ਦਾ ਕਹਿਣਾ ਇਹ ਹੈ, ਜਿਹੜਾ ਇੱਕ ਵੀਡੀਓ ਉਹਨਾਂ ਨੇ ਜਾਰੀ ਕੀਤੀ ਹੈ ਵੀ ਇੱਕ ਲੜਕੀ ਨਾਲ ਦੂਸਰੀ ਲੜਕੀ ਦੀ ਹੱਥੋਂ ਪਾਈ ਹੋਈ ਹੈ ਅਤੇ ਇਸ ਦੇ ਵਿੱਚ ਹੋਰ ਕੋਈ ਬੰਦਾ ਇਨਵੋਲਵ ਨਹੀਂ ਸੀ, ਚਾਰ ਬੰਦੇ ਸੀ। ਮੈਂ ਮੌਕੇ ਦੀ ਗਵਾਹ, ਉੱਥੇ ਮੈਂ ਮੌਕੇ 'ਤੇ ਪੁਲਿਸ ਮੈਂ ਬੁਲਾਈ ਆ, ਹੋਰ ਕੋਈ ਬੰਦਾ ਹੀ ਨਹੀਂ ਸੀ ਉੱਥੇ, ਸਿਰਫ ਕੁੱਟਣ ਵਾਲੇ ਲੋਕ ਸੀਗੇ, ਮਨਮੀਤ ਕੌਰ ਲੇਡੀ ਆ। ਫਿਰ ਉਸ ਤੋਂ ਬਾਅਦ ਰੌਲਾ ਸੁਣ ਕੇ ਇਹਦਾ ਜਿਹੜਾ ਘਰ ਵਾਲਾ ਉਚੀਕਾ ਸੁਣੀਆਂ, ਫਿਰ ਉਹ ਆਇਆ ਅਤੇ ਜਦ ਇਹਨਾਂ ਨੇ ਜਦੋਂ ਲੜਕੀ ਨੂੰ ਕੁੱਟ ਰਹੇ ਸੀਗੇ, ਉਹਦੇ ਵੀ ਇੱਕਦਾ ਵਿੱਚ ਨੂੰ ਲੱਗਿਆ, ਠੀਕ ਹੈ, ਉਹਨੇ ਛੜਾਇਆ ਲੜਕੀ, ਤੂੰ ਇੱਕ ਕੁੜੀ ਨੂੰ ਸ਼ਰੀਫ ਕੁੜੀ ਨੂੰ ਬਿਨਾਂ ਮਤਲਬ ਤੋਂ ਰਸਤੇ 'ਚ ਰੋਕ ਕੇ ਕਿਉਂ ਕੁੱਟ ਰਹੇ ਹਾਂ ਤੁਸੀਂ ਇੰਨੇ ਲੋਕ? ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਆ, ਪੁਲਿਸ ਨੂੰ ਲਿਖ ਕੇ ਦਿੱਤਾ, ਕੁੜੀ ਦੇ ਜਦੋਂ ਥੋੜ੍ਹੀ ਸਟੇਬਲ ਹੋਈ ਆ, ਬਿਆਨ ਹੋਇਆ, SSP ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਆ, ਉਹਨਾਂ ਬਿਆਨਾਂ ਦੇ ਮੁਤਾਬਕ ਕੁੜੀ ਦੇ 25-26
ਤੇ 354 ਬੀ ਏ ਜੋ ਵੀ ਹੈ ਸਾਰੀਆਂ ਧਾਰਾਵਾਂ ਦੇ ਤਹਿਤ ਹਾਂਜੀ ਇਹ SSB ਮਾਨਯੋਗ ਨੇ ਉਹਨਾਂ ਦੇ ਖਿਲਾਫ਼ ਲਾਈਆਂ ਨੇ, ਇਹ FIR ਆ ਜੀ ਉਹਨਾਂ ਦੇ ਖਿਲਾਫ਼ ਇਸ ਲੇਡੀ ਦੇ ਮਨਮੀਤ ਕੌਰ ਦੇ, ਇਹ ਮਾਮਲਾ ਦਰਜ ਹੈ। ਠੀਕ ਹੈ ਜੀ, ਜਦੋਂ ਇਹਨੂੰ ਅਰੈਸਟ ਵਾਸਤੇ ਅਸੀਂ ਜਿਹੜਾ ਉਹ ਕੀਤਾ ਪ੍ਰੋਟੈਸਟ ਕੀਤਾ ਵੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ, ਜਦੋਂ ਇਹਨੂੰ ਪਤਾ ਲੱਗਾ ਮੇਰੀ ਅਰੈਸਟ ਹੋਏਗੀ, ਜਿਹੜੀ ਉਹ ਵੀਡੀਓ ਚੌਂਕ 'ਚ ਕੁੱਟ ਰਹੇ ਹਾਂ ਉਹ ਇਸਨੇ ਉਸੇ ਟਾਈਮ ਆਪਣੀ ਉਸੇ ਵੀਡੀਓ 'ਤੇ ਗਲਤ ਸ਼ਬਦਾਵਲੀ ਕੁੜੀ ਦੇ ਕਰੈਕਟਰ ਦੇ ਖਿਲਾਫ਼ ਔਰ ਉਹ ਜਿਹੜਾ ਇਸਦੇ ਘਰ ਉਹਦੇ ਖਿਲਾਫ਼ ਇਹਨਾਂ ਨੂੰ ਨਿਯਮਾਂ ਦਿਖਾਉਣ ਵਾਸਤੇ ਆਪ ਛੁੱਟਣ ਵਾਸਤੇ ਅਤੇ ਉਸੇ ਟਾਈਮ ਇਸਨੇ ਫਿਰ ਉਹ ਵਾਇਰਲ ਕਰ ਲਈ ਵੀਡੀਓ ਦੇ ਵਿੱਚ ਵੀ ਇਹ ਜਿਹੜਾ ਮਨਦੀਪ ਸਿੰਘ ਆ ਮਨਮੀਤ ਕੌਰ ਨੇ ਇਸਨੂੰ ਪਹਿਲਾਂ ਵੀ 4-5 ਲੜਕੀਆਂ ਨਾਲ ਫੜਿਆ, ਜਦੋਂ ਉਹਨੂੰ ਪੁੱਛਿਆ ਕਿਹੜੀਆਂ ਲੜਕੀਆਂ ਉਹ ਕਹਿੰਦੇ ਹੋਰ, ਇਹਦਾ ਮਤਲਬ ਲੋਕਾਂ ਦੀਆਂ ਲੜਕੀਆਂ ਨੂੰ ਬਦਨਾਮ ਕਰ ਰਹੀ ਹੈ ਆਪਣੇ ਘਰ ਵਾਲੇ ਦੀ, ਉਹਦੇ ਵਾਸਤੇ ਇਸ ਜਨਾਨੀ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਲੋਕਾਂ ਦੀ, ਜੇ ਇਹਨੇ ਲੜਨਾ ਆਪਣੇ ਘਰ ਵਾਲਿਆਂ ਨਾਲ ਸਿੱਧੀ ਲੜਾਈ ਲੜੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਨੂੰ ਹੋਟਲ ਦੇ ਵਿੱਚੋਂ ਫੜਿਆ। ਹਾਂਜੀ, ਉਹ ਪ੍ਰੂਫ ਦਿਖਾਉਣ ਨੂੰ ਹੋਟਲ 'ਚੋਂ ਫੜਿਆ, ਇਹ ਕੁੱਟਮਾਰ ਜਿਹੜੀ ਹੋ ਰਹੀ ਹੈ ਸ਼ਰੇਆਮ ਚੌਂਕ ਦੇ ਵਿੱਚ ਕੁੱਟਮਾਰ ਹੋ ਰਹੀ ਆ, ਸ਼ਰੇਆਮ ਚੌਂਕ ਦੇ ਵਿੱਚ ਕੁੱਟਮਾਰ ਹੋ ਰਹੀ ਆ। ਇਹ ਵੀਡੀਓ ਦੇ ਬੇਸ 'ਤੇ ਹੀ ਉਹਨਾਂ 'ਤੇ ਪਰਚਾ ਹੋਇਆ ਇਸ ਜਨਾਨੀ ਅਤੇ ਮਨਵੀਤ ਕੌਰ 'ਤੇ, ਆਰੋਪਤ ਜਿਹੜੇ ਗੁੰਡੇ ਆ ਇਹਦਾ ਭਰਾ ਅਸ਼ੋਕ, ਇਹਦਾ ਬਾਬ ਅਸ਼ੋਕ ਕੁਮਾਰ, ਇਹਦਾ ਭਰਾ ਬਿਪਲ, ਇਸ ਵੀਡੀਓ ਦੇ ਹੀ ਆਧਾਰ ਤੇ ਪਰਚਾ ਹੋਇਆ ਨੇ, ਸਾਰੀ ਪੁਲਿਸ ਨੇ ਛਾਣਬੀਨ ਕਰਕੇ ਕੀਤੀ ਹੈ। ਚੌਂਕ 'ਚ ਕੁੱਟਰ ਤੁਸੀਂ ਖੁਦ ਦੇਖ ਸਕਦੇ ਆ, ਵੀਡੀਓ ਵਾਇਰਲ ਕਰੋ। ਇਸ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਇੱਕ ਸੀਨ ਹੋਰ ਵੀ ਦਿਖਾਇਆ ਗਿਆ, ਜਿਹਦੇ ਵਿੱਚ ਦਿਖਾਇਆ ਗਿਆ ਕਿ ਲੜਕੀ ਨੇ ਕਰਵਾ ਚੌਥ ਵਾਲੇ ਕੱਪੜੇ ਪਾਏ ਹੋਏ ਨੇ ਤੇ ਕਰਵਾ ਚੌਥ ਮਨਾਉਣ ਦੀ ਤਿਆਰੀਆਂ ਕਰ ਰਹੀ ਸੀਗੀ। ਉਸ ਲੜਕੀ ਨਹੀਂ, ਉਹਦਾ ਗਣੇਸ਼ ਜੀ ਦਾ ਵਰਤ ਦੁਨੀਆ ਰੱਖਦੀ ਹੈ, ਕੁੜੀ ਰੱਖ ਸਕਦੀ ਹੈ, ਇਹ ਕੌਣ ਹੁੰਦੀ ਹੈ ਕੁੜੀ ਨੂੰ ਵਰਤ, ਅਸੀਂ ਵੀ ਰੱਖਦੇ ਹਾਂ, ਅਸੀਂ ਕਿਹੜਾ ਆਪਣੇ ਘਰ ਵਾਲਿਆਂ ਦੇ ਰੱਖਦੇ ਹਾਂ। ਨਹੀਂ, ਉਹਨੇ ਇਹਨਾਂ ਨੇ ਉਹ ਸਮਾਨ ਦਿਖਾਇਆ ਜਿਹਦੇ ਨਾਲ ਚੰਦ ਦੇਖਦੀਆਂ ਨੇ ਵਿਆਹੀਆਂ ਹੋਈਆਂ ਔਰਤਾਂ। ਨਹੀਂ, ਉਹਨੇ ਦਿਖਾ, ਤੁਸੀਂ ਮੌਕੇ ਤੇ ਸੀਗੇ ਉੱਥੇ? ਨਹੀਂ ਨਹੀਂ, ਉਸ ਵੀਡੀਓ ਦੇ ਵਿੱਚ, ਉਸ ਵੀਡੀਓ ਦੇ ਵਿੱਚ ਫੋਟੋਆਂ ਵੀ ਨੇ, ਉਹ ਵੀਡੀਓ ਦੇ ਵਿੱਚ ਵੀ ਸੀਨ ਦਿਖਾਏ। ਨਹੀਂ ਨਹੀਂ, ਇਹ ਆਪ ਹੀ ਲੈ ਕੇ ਆਈ ਆ ਸਾਰਾ ਸੀਨ। ਨਹੀਂ ਸੀ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਅਸੀਂ ਕੁਝ ਨਹੀਂ ਕਹਿੰਦੇ। ਹਾਂਜੀ ਹਾਂਜੀ, ਅਸੀਂ ਕੁਝ ਨਹੀਂ, ਸਾਡੇ ਕੋਲ ਬੋਲਿਆ ਅਸੀਂ ਉਹ ਤੁਹਾਨੂੰ ਜੋ ਤੱਤ ਤੁਸੀਂ ਦਿਖਾ ਰਹੇ ਹੋ ਅਸੀਂ ਉਹ ਵੀ ਦਿਖਾਵਾਂਗੇ ਨਾ। ਦੇਖੋ ਜੀ, ਉਹ ਲੇਡੀ ਸਾਰਾ ਸਤਾਸ਼ ਸਾਜਿਸ਼ ਤਹਿਤ ਆਈ ਆ, ਇੰਨੇ ਗੁੰਡੇ ਇਕੱਠੇ ਕਰਕੇ ਲੈ ਗਈ ਆ, ਟਾਈਮ ਨਾਲ ਲੈ ਗਈ ਆ, ਉਹ ਸਾਰਾ ਗਲਤ ਉਹਨੂੰ ਲੜਕੀ ਨੂੰ ਲੜਕੀ ਦਾ ਬਹਾਨਾ ਬਣਾ ਕੇ, ਮੇਨ ਜਿਹੜਾ ਮੋਟੋ ਆ ਆਪਣੇ ਘਰ ਵਾਲੇ ਨੂੰ ਡੀਗ੍ਰੇਡ ਕਰਨਾ, ਘਰ ਵਾਲੇ ਨਾਲ ਉਹਦੀ ਨਹੀਂ ਬਣਦੀ, ਘਰ ਵਾਲਾ ਉਹਦੇ ਖਿਲਾਫ਼ ਬੋਲਦਾ, ਠੀਕ ਹੈ, ਘਰ ਵਾਲਾ ਇਹ ਵੀ ਕਹਿੰਦਾ ਵੀ ਮੈਂ ਇਸ ਨੂੰ ਕਈ ਜਗ੍ਹਾ ਤੋਂ ਵੀ ਮਤਲਬ ਗਲਤ ਉਹ ਕੀਤਾ, ਸ਼ਰੇਆਮ ਲੋਕਾਂ ਕੋਲ ਕਹਿ ਰਿਹਾ ਉਹ, ਠੀਕ ਹੈ ਜੀ, ਉਹ ਆਪਣੇ ਘਰ ਵਾਲੇ ਨੂੰ ਦਿਖਾਉਣ ਵਾਸਤੇ ਕੁੜੀਆਂ ਦਾ ਬਹਾਨਾ ਬਣਾਉਂਦੀ ਆ। ਹੁਣ ਇਹ ਵੀ ਉਹਨੇ ਕਿਹਾ ਵੀ 4-5 ਕੁੜੀਆਂ ਨਾਲ ਮੈਂ ਹੋਰ ਫੜਿਆ, ਕਿਹਾ ਨਹੀਂ? ਹਾਂਜੀ ਹਾਂਜੀ। ਹੁਣ ਲੜਕੀ ਦੀ ਮਾਸੀ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਕਿਸੇ ਹੋਟਲ ਦੇ ਕਮਰੇ ਵਿੱਚ ਨਹੀਂ ਗਈ ਬਲਕਿ ਆਪਣੇ ਕੰਮ ਦੇ ਸਿਲਸਿਲੇ ਵਿੱਚ ਮਨਦੀਪ ਸਿੰਘ ਨੂੰ ਮਿਲਣ ਗਈ ਸੀ। ਲੜਕੀ ਨਾਲ ਕੁੱਟਮਾਰ ਕਰਕੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸਦਾ ਜਬੜਾ ਤੱਕ ਇਸ ਘਟਨਾ ਦੌਰਾਨ ਹਿਲ ਗਿਆ। ਬਹਰਹਾਲ ਇਸ ਮਾਮਲੇ ਵਿੱਚ ਤਿੰਨੇ ਧਿਰਾਂ ਇੱਕ ਦੂਜੇ ਨੂੰ ਕਸੂਰਵਾਰ ਦੱਸ ਰਹੀਆਂ ਨੇ ਅਤੇ ਇਸ ਮਾਮਲੇ 'ਚ ਕੌਣ ਸਹੀ ਹੈ ਕੌਣ ਗਲਤ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ। ਪਟਿਆਲਾ ਤੋਂ ਅਨੁਰਾਗ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ $3,000-5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।